ਵੈਲਕਮ ਆਪਣੇ ਬਲੌਗ ਦੇ ਵਿੱਚ ਬਾਈ ਹੋ ਰਿਹਾ ਰੈਡੀ ਰੈਡੀ ਕਹਿੰਦੇ ਅਸੀਂ ਐਂ ਰਹਿੰਦੇ ਹੁੰਦੇ ਹਾਂ ਇੱਦਾਂ ਉਵੇਂ ਹੀ ਨਿਕਲ ਜਾਂਦੇ ਹਾਂ ਅਸੀਂ ਚੱਲਿਆ ਬਾਹਰ ਬਾਈਆਂ ਨੂੰ ਲੱਗੀਆਂ ਭੁੱਖਾਂ ਸ਼ੁਕਰਾਨ ਤੇ ਆਓ ਚਲੀਏ ਅੱਜ ਦਿਲ ਕਰ ਰਿਹਾ ਸੀ ਹੈਦਰਾਬਾਦੀ ਬਿਰਿਆਨੀ ਖਾਣ ਦਾ ਯਾਰ ਹੈਦਰਾਬਾਦੀ ਇੰਨੀ ਵਾਰ ਖਾਧੀ ਆ ਨਾ ਬਟ ਟਿਪੀਕਲ ਟੇਸਟ ਨੀ ਮਿਲਿਆ ਅੱਜ ਸਾਨੂੰ ਕਿਸੇ ਨੇ ਲੋਕੇਸ਼ਨ ਦਿੱਤੀ ਆ ਵੀ ਉੱਥੇ ਟਿਪੀਕਲ ਤੁਹਾਨੂੰ ਹੈਦਰਾਬਾਦ ਦੀ ਟੇਸਟ ਮਿਲੂਗਾ ਜਿਹੜਾ ਅਥੈਂਟਿਕ ਜਿਹੜਾ ਟੇਸਟ ਹੁੰਦਾ ਹੈਦਰਾਬਾਦ ਦਾ ਟਿਪੀਕਲ ਅਸੀਂ ਤਾਂ ਉਹ ਵੀ ਮੰਨ ਲੈਣਾ ਸੀ ਦੁਪਹਿਰੇ 12 ਵਜੇ ਲੋਕੇਸ਼ਨ ਭੇਜਦੀ ਸੀ ਤੇ ਹੁਣ ਆਪਾਂ ਜਾਂਦੇ ਹਾਂ ਲੋਕੇਸ਼ਨ ਤੇ ਦੇਖਦੇ ਉੱਥੇ ਵੀ ਉਹ ਜਿਹੀ ਬਿਰਿਆਨੀ ਮਿਲਦੀ ਹੈ ਜਿਹੋ ਜਿਹੀ ਮੈਂ ਖਾਧੀ ਯਾਰ ਟਿਪੀਕਲ ਟੇਸਟ ਪਤਾ ਆਪਣਾ ਕੰਟਰੋਲ ਰੂਮ ਆ ਸਿੱਧਾ ਪੁਲਿਸ ਹੈੱਡਕੁਆਰਟਰ ਨੂੰ ਜਾਂਦਾ ਉਹ ਜਾਓ ਭਾਈ ਰੱਖ ਦੇ ਪੁਲਿਸ ਹੈੱਡਕੁਆਰਟਰ ਨੂੰ ਜਾਂਦਾ ਹੈ ਚਲੋ ਆਓ ਮਿਲਦਾ ਫਿਰ ਦੇਖੀ ਜਾਊ ਹੁਣ ਤਾਂ ਚੱਲੇ ਤਾਂ ਹੈਗੇ ਆ ਜਿਹੜੀ ਲੋਕੇਸ਼ਨ ਉਧਰ ਨੂੰ ਆਪਾਂ ਟ੍ਰੈਫਿਕ ਵੀ ਮਿਲ ਸਕਦਾ ਚੱਲ ਦੇਖਦੇ ਆ ਕੋਈ ਨੀ ਉਸਤਾਦ ਠੀਕ ਤਾਂ ਹੀ ਬਾਬਾ ਬੇ ਬਹੁਤ ਚੰਗੀ ਤਰ੍ਹਾਂ ਤੇ ਸ਼ੀਸ਼ਾ ਸਾਫ ਨੀ ਹੈਗਾ ਕੋਈ ਗੱਲ ਨੀ ਕੰਮ ਚਲਾ ਰਹੇ ਹੋ ਕਿਉਂ ਟ੍ਰੈਫਿਕ ਪੂਰੀ ਆਤਾ ਚੱਲ ਬਈ ਹੁਣ ਮਿਲਦਾ ਤੈਨੂੰ ਫਿਰ ਰੈਸਟੋਰੈਂਟ ਤੇ ਜਾ ਕੇ ਸ਼ੀਸ਼ਾ ਗੰਦਾ ਗੰਦੇ ਦੀ ਆਪਾਂ ਗੱਲ ਤੁਸੀਂ ਛੱਡ ਦਿਓ ਠੀਕ ਆ ਨਾ ਚੌਥੇ ਪੰਜਵੇਂ ਤੋਂ ਯੂ ਟਰਨ ਮਾਰ ਲਿਆ ਕੇ ਹੱਥ ਜਮਾ ਹੀ ਇੰਨਾ ਉਹ ਵੀ ਬੰਪਰ ਟੂ ਬੰਪਰ ਲੱਗਿਆ ਹੋਇਆ ਸੀ ਤੇ ਸਰ ਮੈਂ ਹੀ ਕਰ ਸਕਦਾ ਲਓ ਵੀ ਹੁਣ ਬਿਰਿਆਨੀ ਪੁਆਇੰਟ ਤੇ ਅਸੀਂ ਪਹੁੰਚਣ ਲੱਗੇ ਆ ਤੇ ਤੁਹਾਨੂੰ ਫਿਰ ਮਿਲਦੇ ਆ ਹੁਣੀ ਬਿਰਿਆਨੀ ਸ਼ਿਰਿਆਨੀ ਖਾ ਕੇ ਨੰਦੀ ਮੰਦੀ ਵੀ ਮਿਲਦੀ ਆ ਇੱਥੇ ਉਹ ਦੇ ਆਪਾਂ ਜਾਣਾ ਗ੍ਰੈਂਡ ਹੈਦਰਾਬਾਦ ਦੋ ਗ੍ਰੈਂਡ ਆ ਇੱਕ ਹੈਦਰਾਬਾਦੀ ਗ੍ਰੈਂਡ ਤੇ ਜਾਣਾ ਆਪਾਂ ਆਇਆ ਸੀ ਆ ਦੇ ਬਈ ਹੈਦਰਾਬਾਦੀ ਗ੍ਰੈਂਡ ਹੈਦਰਾਬਾਦੀ ਲਓ ਵੀ ਪਾਰਕਿੰਗ ਏਰੀਆ ਫਿਰ ਹੈ ਅਜਾਨ ਦਾ ਟਾਈਮ ਆ ਫਿਰ ਅਜਾਨ ਤੋਂ ਬਾਅਦ ਗੱਲ ਕਰਦੇ ਹਾਂ ਉਹ ਰਿਹਾ ਤੁਹਾਡਾ ਗ੍ਰੈਂਡ ਹੈਦਰਾਬਾਦੀ ਲਓ ਵੀ ਮਿੱਤਰੋ ਪਾਰਕਿੰਗ ਪਾ ਦਈਏ ਚੱਲਦੀ ਆ ਕਿੰਨੇ ਰੁਪਏ ਹੁਣੇ ਪਾਉਣੀ ਪੈਣੀ ਆ ਆਪਣਾ ਦੂਜੀ ਆ ਬਈ 8 ਹੋਣਾ ਨਾ ਮੂਰੇ ਆਪਣੇ ਉੱਥੇ ਹਾਂ 8 6 double ਲਓ ਵੀ ਪਾਰਕਿੰਗ ਪਾ ਦਈ ਆ
ਤੇ ਹੁਣ ਆਪਾਂ ਮੂਵ ਹੋ ਜਾਈਏ, ਆਕਰਮਣ ਕਰ ਦਈਏ ਫਿਰ ਇੱਥੇ। ਅੱਛਾ ਇੱਕ ਇੱਧਰ ਹੈਦਰਾਬਾਦੀ ਜੇ ਬੀ ਆਰ ਆ, ਇੱਕ ਹੈਦਰਾਬਾਦੀ ਗ੍ਰੈਂਡ, ਮਤਲਬ ਗ੍ਰੈਂਡ ਹੈਦਰਾਬਾਦ ਆ ਇਹਦੇ ਆਉਣਾ, ਇਹਦੇ ਤੁਸੀਂ ਇਹਦੇ ਹੁਣ ਤੁਹਾਨੂੰ ਖਾ ਕੇ ਅਸੀਂ ਫਿਰ ਟੇਸਟ ਦੱਸ ਦਿੰਦੇ ਹਾਂ ਇਹਦਾ ਕੀ ਹਿਸਾਬ ਆ, ਵੀ ਆਉਣਾ ਵੀ ਹੈ ਨਹੀਂ ਆਉਣਾ, ਅਸੀਂ ਖਾ ਕੇ ਟੇਸਟ ਦੱਸਾਂਗੇ ਤੁਹਾਨੂੰ। ਕਿਉਂ ਅਸਲੀ ਮੈਂ ਚੱਲ ਫਿਰ ਆ ਜਾ। ਲਓ ਵੀ ਦੋਸਤੋ 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 ਬਾਈ ਬਿਰਿਆਨੀ ਖਾਣਾ ਹੈ ਹੈਦਰਾਬਾਦੀ ਸਪੈਸ਼ਲ। ਆ ਹੈਗਾ ਬਈ ਡਾਇਨਿੰਗ ਏਰੀਆ, ਉੱਪਰ ਵੀ ਆਈ ਪੀ ਟਾਈਪ ਵਧੀਆ ਤਰੀਕੇ ਵਾਲਾ। ਅਤੇ ਹੁਣ ਤੁਹਾਨੂੰ ਅਸੀਂ ਟੇਸਟ ਦੱਸਾਂਗੇ ਮਾਹੌਲ ਕੀ ਬਣਦਾ, ਬੰਦਾ ਲੱਗਿਆ ਹੋਇਆ ਆਪਣਾ ਸਿਲੈਕਟ ਕਰਨ। ਹੁਣ ਔਡਰ ਕਰਨ ਤੋਂ ਬਾਅਦ ਅਸੀਂ ਕੀ ਕਰਦੇ ਨਾ, ਫਿਰ ਤੁਹਾਨੂੰ ਦੱਸਦੇ ਹਾਂ ਅਸੀਂ ਮਾਹੌਲ ਕੀ ਮੰਗਵਾਇਆ। ਹੈਦਰਾਬਾਦੀ ਔਥੈਂਟਿਕ ਦਮ ਬਿਰਿਆਨੀ, ਹਾਂ ਮਟਨ ਬਿਰਿਆਨੀ ਆ, ਦੋ ਮਟਨ ਬਿਰਿਆਨੀ, ਦੋ ਨਾ, ਹਾਂ ਦੋ ਡਬਲ ਮਸਾਲਾ, ਡਬਲ ਮਸਾਲਾ। ਸਟਾਰਟਰ ਮੈਂ ਯਾਰ ਕੁਛ ਨਹੀਂ, ਉਹੀ ਖਾਣੀ ਬਸ, ਪੇਲ ਕੇ ਬਾਅਦ ਦਵਾ ਕੇ ਬਾਅਦ। ਥੈਂਕ ਯੂ ਬਾਈ, ਚਲੋ ਜੀ ਥੈਂਕ ਯੂ, ਔਡਰ ਹੋ ਗਿਆ। ਕਿਉਂ ਅਸਲੀ ਮੈਂ ਦਮ ਬਿਰਿਆਨੀ ਖਾਣਾ ਆ ਤਾਂ ਔਥੈਂਟਿਕ ਦੇਖਦੇ ਹਾਂ ਕੀ ਆ, ਬਾਈ ਨੂੰ ਪਤਾ ਟੇਸਟ, ਦਮ ਬਿਰਿਆਨੀ ਖਾਧੀ ਬਹੁਤ ਆ, ਅੱਜ ਇਹਨਾਂ ਦਾ ਟੇਸਟ ਹੋਏ, ਬਾਕੀ ਪਤਾ ਨਹੀਂ ਟੇਸਟ ਹੁੰਦਾ ਗਿਆ, ਉਹ ਨੋਰਮਲੀ ਲੱਗੀ ਆ, ਕਦੇ ਵੀ ਖਾਧੀ ਆ, ਅੱਜ ਦੇਖਦੇ ਹਾਂ ਇਹਨਾਂ ਦਾ ਕੀ ਟੇਸਟ ਆ। ਚੱਲ ਠੀਕ ਆ, ਗੱਲਬਾਤ ਬਣੂਗੀ ਬਾਬੇ, ਗੱਲਬਾਤ ਆਪਾਂ ਪੂਰੀ ਬਣਾ ਕੇ ਮਿਲਦੇ ਹਾਂ ਸਿੱਧਾ ਟੇਬਲ 'ਤੇ, ਇੱਥੇ ਆਉਣੀ ਆ, ਇੱਥੇ ਇੱਥੇ ਇਹਨਾਂ 'ਚ ਪੈਣੀ ਆ, ਸੈੱਟ ਲੈਣੀ ਸੀ, ਇੱਥੇ ਆਉਣੀ ਆ, ਇੱਥੋਂ ਝੁੰਮਾਂਗੇ ਮੁਰਗਾ। ਕੀ ਮੰਗਾਇਆ? ਲੋ ਵੀ ਆ ਰਾਇਤਾ ਆ ਗਿਆ, ਠੀਕ ਹੈ, ਇਹ ਮਸਾਲਾ ਵਾ ਕੋਈ ਵਧੀਆ ਤਰੀਕੇ ਵਾਲਾ, ਅਤੇ ਹਲੇ ਥੈਂਕ ਯੂ ਦਮ ਬਿਰਿਆਨੀ ਵਿਦ ਫੁੱਲ ਮਸਾਲਾ, ਕਿਆ ਬਾਤ ਹੈ, ਫੁੱਲ ਮਸਾਲਾ। ਲੋ ਵੀ ਮੱਖਣੋ ਬਿਰਿਆਨੀ ਆਪਣੇ ਕੋਲ ਆ ਗਈ ਆ, ਠੀਕ ਹੈ, ਅਤੇ ਇਹਨੂੰ ਆਪਾਂ ਹੁਣ ਖਾ ਕੇ ਤੁਹਾਨੂੰ ਟੇਸਟ ਦੱਸ ਦਈਏ ਹੈਦਰਾਬਾਦੀ ਦਮ ਬਿਰਿਆਨੀ ਦਾ। ਕਿਉਂ ਅਸਲੀ ਮੈਂ, ਹਾਂ ਬਾਈ ਸਾਨੂੰ ਜਿਹਨੇ ਭੇਜਿਆ ਸੀ, ਮੈਨੂੰ ਵੀਡੀਓ ਬਣਾ ਕੇ ਭੇਜਣ ਲੱਗਾ, ਮਤਲਬ ਜਿਹਨੇ ਤੈਨੂੰ ਐਡਰੈਸ ਭੇਜਿਆ ਸੀ ਵੀ ਇੱਥੇ ਰੈਕਮੈਂਡ ਕੀਤਾ ਸੀ, ਦੁਆ ਦੱਸਾਂਗੇ ਵੀ ਕਿਵੇਂ ਲੱਗੀ ਹੈ। ਚੱਲ ਠੀਕ ਆ, ਓਕੇ ਮੈਨੂੰ ਚੈੱਕ ਕਰ ਲੈਂਦੇ। ਤੂੰ ਫੂਡ ਬਲੌਗਰਾਂ ਨੂੰ ਕਰਨਾ ਆ, ਮੂੰਹ 'ਚ ਖੁਰ ਗਿਆ ਬਸ, ਇਹ ਕਰ ਗਿਆ ਮਟਨ, ਕਿਆ ਬਾਤ ਹੈ ਪਤਾ, ਮੈਨੂੰ ਪਤਾ ਕੀ ਕਰਨਾ ਤਲੀ ਮੈਂ ਆਪਾਂ, ਆਹ ਮਸਾਲਾ, ਓਕੇ ਹਾਂ ਇੱਥੋਂ ਤੋਂ ਖਾਣ ਉੱਪਰੋਂ ਆ ਦੇਖ, ਆਹ ਯਾਰ ਸਲੀਮੇ ਇਹ ਪਾਇਆ ਮਸਾਲਾ, ਬਾਈ ਪਾਉ ਰਾਇਤਾ, ਯਾਰਾਂ ਦਾ ਚੱਲਿਆ ਰਾਇਤਾ,
ਹੁਣ ਖਾਊਗਾ ਇਹ ਥੋੜਾ ਮਿਕਸ ਕਰਕੇ। ਓਹੋ ਥੋੜਾ ਮਟਨ, ਥੋੜਾ ਤੁਹਾਨੂੰ ਪਤਾ ਮਟਨ ਸੱਚੀ ਜੈਨੂਅਨ ਟੇਸਟ, ਜੈਨੂਅਨ ਕੋਈ ਪੇੜ ਉਹ ਨਹੀਂ ਹੈਗਾ। ਅਸੀਂ ਸਾਰੇ ਦਿਲ ਕਰਕੇ ਇੱਥੇ ਆਏ ਚੈੱਕ ਕਰਨ, ਉਹ ਕਿਸੇ ਫਿਕਸ ਕਰ ਦੇਣਾ ਫਿਰ ਇਹ ਨੈਕਸਟ ਟਾਈਮ ਬਾਈ ਖਾ ਕੇ ਦੇ ਜ਼ਬਰਦਸਤ। ਗੱਲ ਹੈਗੀ ਇੱਦਾਂ ਅਤੇ ਹੱਥ ਨਾਲ ਖਾਣ ਦਾ ਮਜ਼ਾ ਕੁਛ ਹੋਰ, ਮੈਂ ਹੱਥ ਨਾਲ ਹੀ ਖਾ ਕੇ ਰਾਜੀ ਹਾਂ, ਘਰੇ ਵੀ ਇੱਦਾਂ ਹੀ ਹੁੰਦਾ ਮੈਨੂੰ। ਅਤੇ ਸਾਨੂੰ ਦੇਖਣਗੇ ਕਿਸੇ ਨੇ ਰੈਕਮੈਂਡ ਕਰਨਾ ਹੋਇਆ ਸਾਨੂੰ ਵੀ ਇੱਥੇ ਫੂਡ ਵਧੀਆ, ਬਾਈ ਆਪਣਾ ਫੂਡ ਲਵਰ ਆ, ਅਸੀਂ ਜਾ ਕੇ ਜ਼ਰੂਰ ਟੇਸਟ ਕਰਾਂਗੇ ਯਾਰ। ਬਹਾਨੇ ਨਾਲ ਖਾਧਾ ਜਾਂਦਾ ਨਾਲੇ ਆਊਟਿੰਗ ਹੋ ਜਾਂਦੀ ਆ ਪੱਕਾ। ਦੱਸੋ ਆਹ ਜਿਹਨੇ ਦੱਸਿਆ ਸੀ ਮਜ਼ਾ ਲਿਆ ਤਾ ਯਾਰ ਬਿਰਿਆਨੀ ਦਾ ਨਾ, ਤੁਹਾਨੂੰ ਜੋ ਜਿੰਨਾ ਕੁ ਤੁਹਾਨੂੰ ਸਪਾਈਸੀ ਚਾਹੀਦਾ ਆਪਾਂ ਨੂੰ ਐਜ਼ ਐਨ ਇੰਡੀਅਨ, ਉਨਾ ਕੁ ਸਪਾਈਸੀ ਆ ਠੀਕ ਆ। ਔਰ ਤੁਹਾਨੂੰ ਜਿੰਨਾ ਕੁ ਮਟਨ ਸੋਫਟ ਚਾਹੀਦਾ, ਮਟਨ ਵੀ ਉਨਾ ਕੁ ਸੋਫਟ ਆ, ਜਮਾ ਹੀ ਸੋਫਟ ਮਟਨ। ਅਤੇ ਇਹ ਚਮਚੇ ਨਾਲ ਖਾਂਦਾ ਹੁੰਦਾ, ਆਪਾਂ ਹੱਥ ਨਾਲ ਖਾਂਦੇ ਹਾਂ, ਮੈਨੂੰ ਖਾਣੀ ਨਹੀਂ ਆਉਂਦੀ ਹਾਂ, ਹੱਥ ਨਾਲ ਖਾਧੀ ਨਹੀਂ ਆਉਂਦੀ, ਚੱਕ ਲੈਂਦਾ ਥੱਲੇ ਡੈ ਕੇ ਮੈਨੀ ਫਿਰ ਮੂੰਹ 'ਚ ਨਹੀਂ ਪੈਂਦੀ। ਚਲੋ ਹੁਣ ਮਿਲਦਾ ਫਿਰ ਐਂਡ ਕਰਕੇ ਬਿਰਿਆਨੀ ਦਾ ਮੰਗਾ ਦੇਣੇ ਆਪਾਂ, ਹੁਣ ਕੁਛ ਵੀ ਨਹੀਂ ਆਪਣੇ ਲਈ, ਇਹ ਤਾਂ ਡੇਢ ਡੇਢ ਕਿਲੋ ਖਾ ਜਾਂਦੇ ਬੈਠੇ ਯਾਰ, ਇਹ ਤਾਂ ਕੁਛ ਵੀ ਦੋ ਦੋ ਕਿਲੋ ਕੀ ਲੋੜ ਆ ਮੂੰਹ ਸਾਫ ਕਰਨ ਦੀ, ਦੱਬ ਦੇ ਨੂੰ। ਅਤੇ ਜਦੋਂ ਸਾਨੂੰ ਆਪਦਾ ਫੇਵਰੇਟ ਫੂਡ ਮਿਲ ਜਾਣਾ ਔਰ ਟੇਸਟ ਬਾਈ, ਹਾਂ ਫਿਰ ਨਹੀਂ ਅਸੀਂ ਦੇਖਦੇ, ਫਿਰ ਨਹੀਂ ਆਪਾਂ ਦੇਖਦੇ ਯਾਰ, ਹੈ ਨਾ ਫਿਰ ਆਪਣਾ ਪੱਕਾ ਵੀ ਹੋ ਗਿਆ ਕੰਮ, ਹੈ ਨਾ ਬਈ। ਆਹ ਨਹੀਂ ਪਤਾ ਲੱਗਿਆ ਕਾਹਦੀ ਚਟਣੀ ਆ, ਸੌਸ ਆ, ਕੀ ਆ, ਫਿਰ ਦੇ ਦੇ ਇਹਨੂੰ, ਵਧੀਆ ਟੇਸਟ ਬਣਾਉਂਦੀ ਆ ਹੈ ਨਾ। ਓਏ ਤੇਜ਼ ਖਾ ਜਾਂਦਾ ਫਿਰ ਇਹਨੇ ਮੇਰਾ ਵੀ ਖਾਣਾ ਹੁੰਦਾ। ਚਲੋ ਖਾਂਦੇ ਖਾਂਦੇ ਕੋਈ ਗੱਲ ਕਹਿਣਾ ਚਾਹੇਗਾ ਬਈ? ਸਾਨੂੰ ਟੇਸਟ ਵਧੀਆ ਲੱਗਿਆ, ਸਾਨੂੰ ਇੰਨੇ ਇੰਨਾ ਕੁ ਪਤਾ ਸਾਰਿਆਂ ਦਾ ਸੇਮ ਹੀ ਟੇਸਟ ਨਿਕਲੂਗਾ, ਤੁਹਾਨੂੰ ਵੀ ਪਸੰਦ ਆਊਗਾ ਬਈ। ਖਾਲੀ ਪਲੇਟਾਂ ਨਹੀਂ ਦਿਖਾਉਣੀਆਂ ਚਾਹੀਦੀਆਂ ਲੇਕਿਨ ਮਾਂਜ ਦੀਆਂ ਦੋਨੇ ਚੀਜ਼ਾਂ। ਹਾਂ ਬਈ ਕਿੱਦਾਂ, ਇਕੱਲਾ ਇਕੱਲਾ ਬੰਦਾ ਦੋਨੇ ਨਿਬੇੜ ਦਿੰਦਾ ਹੈ ਨਾ, ਲੇਕਿਨ ਨਹੀਂ ਮਜ਼ਾ ਆ ਗਿਆ ਇਕੱਲੀ ਨਾ, ਆਪਾਂ ਵਧੀਆ ਕੁਆਂਟੀਟੀ ਆ, ਪ੍ਰਾਈਸ ਦੱਸ ਦੇ ਫਿਰ ਕੀ ਹੈ, ਨਹੀਂ ਭੁੱਖਾ ਬੰਦਾ ਇਹਨੂੰ ਖਾ ਸਕਦਾ, ਔਰ ਪ੍ਰਾਈਸ ਦੱਸ ਦੇ ਤੁਹਾਨੂੰ, ਅਜੇ ਤੱਕ ਕੋਈ ਇੰਨੀ ਟੇਸਟੀ ਨਹੀਂ ਖਾਧੀ ਤੇ ਪ੍ਰਾਈਸ ਬੜਾ ਜੈਨੂਨ ਆ ਯਾਰ, ਬੜਾ ਜੈਨੂਨ, ਬੜਾ ਜੈਨੂਨ ਆ ਗਿਆ ਬਿੱਲ ਹੁੰਦਾ ਇਹਦੇ ਨਾਲ, ਹੋਣਾ ਡਾਈਜੈਸਟ ਕਰ, ਡਾਈਜੈਸਟ ਹੋ ਜਾਣਾ, ਇੱਥੇ ਤੱਕ ਖਾਧਾ ਨਾ ਇਹਨੇ ਥੱਲੇ ਲੈ ਕੇ ਜਾਣਾ ਇਹਨੇ। ਬਿੱਲ ਆ ਗਿਆ, ਬਿੱਲ ਆ ਗਿਆ, ਦਿਖਾ ਦੇ ਬਿੱਲ ਯਾਰ, ਬਹੁਤ ਮਹਿੰਗੀ ਆ, ਕਿੰਨੀ ਸਵਾਦ ਬਿਰਿਆਨੀ ਤੁਸੀਂ ਇੰਨੇ ਘੱਟ ਰੇਟ 'ਚ ਨਹੀਂ ਖਾਧੀ ਹੋਣੀ, ਕਿੰਨੀ ਇੱਕ ਲੈ 12.5 ਗ੍ਰਾਮ ਮਤਲਬ ਟੋਟਲ ਬਣਿਆ 29 ਰੁਪਏ ਬਿੱਲ ਹੈ, 24 ਦੀ ਬਿਰਿਆਨੀ ਹੋ ਗਈ ਯਾਰ, 24 ਦੀ ਬਿਰਿਆਨੀ, 24 ਦੋ ਬਿਰਿਆਨੀਆਂ, ਦੋ ਹਾਂ 12 ਪੁਆਇੰਟ ਮਤਲਬ 12 ਗ੍ਰਾਮ ਦੀ ਇੱਕ, 13 ਗ੍ਰਾਮ ਦੀ ਇੱਕ ਬਿਰਿਆਨੀ, ਆਹ ਮਟਨ ਭਰ ਕੇ ਦੱਜ ਕੇ 13 ਗ੍ਰਾਮ 13 ਗ੍ਰਾਮ ਲਾ ਲਓ ਤੁਸੀਂ ਇਹ
ਕਿੱਥੇ ਮਿਲਦਾ ਬਈ ਇੰਨਾ ਸਸਤਾ ਸੌਦਾ ਇੰਨਾ ਟੇਸਟੀ ਨਹੀਂ ਹੈ ਨਾ ਇਹ ਜੈਨੂਨ ਹੈ ਨਾ ਬੜਾ ਜੈਨੂਨ ਆ ਤੇ ਮਿਲਦਾ ਦੇਰੇ ਚ ਦੇਰੇ ਚ ਹੈ ਨਾ ਗ੍ਰੈਂਡ ਹੈਦਰਾਬਾਦ ਐਡਰੈਸ ਲਾ ਦਾਂਗੇ ਫਿਰ ਆਪਾਂ ਡਿਸਕ੍ਰਿਪਸ਼ਨ ਚ ਐਡਰੈਸ ਲਾ ਦੀ ਤੇ ਇੱਕ ਵਾਰੀ ਜਿਹੜੀਆਂ ਬਿਰਿਆਨੀ ਪਸੰਦ ਕਰਦੇ ਆ ਨਾ ਇੱਕ ਵਾਰੀ ਜ਼ਰੂਰ ਆ ਕੇ ਜਾਇਓ ਬਿਰਿਆਨੀ ਲਵਰਸ ਔਰ ਜਿਹੜੇ ਆਪਣੇ ਮਿੱਤਰ ਨੇ ਦੱਸਿਆ ਥੈਂਕ ਯੂ ਬਾਈ ਚਲੋ ਬਈ ਹੁਣ ਆਪਾਂ ਮਿਲ ਲਈਏ ਖਾ ਪੀ ਦੇ ਹੁਣ ਪੀ ਰਹੇ ਹਾਂ ਥੋੜ੍ਹਾ ਡਾਈਜੈਸਟ ਹੁਣ ਮਿਲਦੇ ਹਾਂ ਬਾਹਰ ਜਾ ਕੇ ਹੈ ਨਾ ਇਹੀ ਦਿਖਾਉਣ ਆਏ ਸੀ ਆਪਾਂ ਮੇਨ ਤੁਹਾਨੂੰ ਟੇਸਟ ਚਲੋ ਹੋਏ ਹੋਏ ਕਿਆ ਬਾਤਾਂ ਨੇ ਛੋਟੇ ਇਹ ਹੁੰਦਾ ਸਪੈਸ਼ਲ ਕਿਸੇ ਨੇ ਦੱਸਿਆ ਸਪੈਸ਼ਲ ਆਉਣ ਦਾ ਮਜ਼ਾ ਹਾਂ ਤੇ ਆਪਾਂ ਮੂਹਰੇ ਰਾਹ ਬੰਦ ਸੀ ਟੇਸਟ ਟੇਸਟ ਚ ਅੱਗੇ ਆ ਗਏ ਹੁਣ ਗੱਡੀ ਵਾਪਸ ਕਰਨ ਲੱਗੇ ਬਈ ਦੋਸਤ ਮਿੱਤਰ ਨੇ ਦੱਸਿਆ ਸਾਨੂੰ ਰਿਕਮੈਂਡ ਕੀਤਾ ਵੀ ਜਾਓ ਅਗਰ ਤੁਸੀਂ ਬਿਰਿਆਨੀ ਓਏ ਯਾਰ ਹੁਣ ਤਾਂ ਇੰਨੀ ਵਾਰ ਅਸੀਂ ਹੈਦਰਾਬਾਦ ਦੀ ਬਿਰਿਆਨੀ ਵੀਡੀਓ ਵਿੱਚ ਬੋਲਤਾ ਨਾ ਬਿਰਿਆਨੀ 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 ਅੱਜ ਦਾ ਵਲੌਗ ਹੀ ਬਿਰਿਆਨੀ ਤੇ ਸੀ ਮਤਲਬ ਇਹਦੇ ਲਈ ਆਉਣਾ ਪੈਣਾ ਦੇਰੇ ਦੇਰੇ ਤੇ ਸਾਡਾ ਨਾਮ ਲੈ ਦਿਓ ਤੁਹਾਨੂੰ ਕੂਪਨ ਮਿਲੂਗਾ ਡਿਸਕਾਊਂਟ ਮਿਲੂਗਾ ਕੁਝ ਨਹੀਂ ਮਿਲਣਾ ਕੁਝ ਵੀ ਨਹੀਂ ਮਿਲਣਾ ਤੁਹਾਨੂੰ ਹੈ ਤੇ ਗੱਲ ਹੈਗੀ ਏਦਾਂ ਯਾਰ ਆਲਰੇਡੀ ਬਹੁਤ ਸਸਤੀ ਆ ਬਈ ਇਹ ਦੁਬਈ ਵਾਲੇ ਜਿੰਨੇ ਵੀ ਦੁਬਈ ਚ ਰਹਿੰਦੇ ਆ ਕਿਸੇ ਨੂੰ ਕੋਈ ਬਿਰਿਆਨੀ ਲਵਰ ਹੈਗਾ ਬਿਰਿਆਨੀ ਖਾਣ ਦਾ ਚਾਹਵਾਨ ਹੈਗਾ ਵਾ ਤੇ ਉਹਨੇ ਅਗਰ ਬਿਰਿਆਨੀ ਖਾਣੀ ਆ ਔਰ ਬਿਰਿਆਨੀ ਫੇਮਸ ਆ ਹੈਦਰਾਬਾਦ ਵਾਲਿਆਂ ਦੀ ਠੀਕ ਹੈ ਨਾ ਹੈਦਰਾਬਾਦ ਦਮ ਬਿਰਿਆਨੀ ਇੱਥੇ ਆਓ ਉਹਨੂੰ ਕੋਈ ਬਈ ਮਟਨ ਹੈਦਰਾਬਾਦੀ ਬਿਰਿਆਨੀ ਦੇ ਦੇ ਸਾਨੂੰ ਤੇ ਡਬਲ ਮਸਾਲੇ ਨਾਲ ਡਬਲ ਮਸਾਲਾ ਲਿਓ ਤੇ ਥੋੜਾ ਜਿਹਾ ਏਸੀ ਦਾ ਸੀਗਾ ਮਤਲਬ ਤੁਹਾਨੂੰ ਲੱਗੂਗਾ ਤੇ ਆਪਾਂ ਮੈਨੂੰ ਲੱਗਦਾ ਬਾਹਰੋਂ ਜਾ ਕੇ ਬਹਿੰਦੇ ਆ ਨਾ ਅੰਦਰ ਤਾਂ ਲੱਗਦਾ ਇੱਕਦਮ ਥੋੜਾ ਜਿਹਾ ਏਸੀ ਦਾ ਮਤਲਬ ਕੂਲਿੰਗ ਟੈਂਪਰੇਚਰ ਥੋੜਾ ਜਿਹਾ ਉੱਪਰ ਨੀਚੇ ਕਰਨ ਵਾਲਾ ਸੀ ਕਿਉਂਕਿ ਖਾਣ ਤੋਂ ਬਾਅਦ ਨਾ ਸਪਾਈਸੀ ਜਿਹਾ ਬਹੁਤ ਨੋਰਮਲ ਸਪਾਈਸੀ ਆਪਣੇ ਲਈ ਤਾਂ ਉਹ ਲੇਕਿਨ ਅਸੀਂ ਬਹੁਤ ਟਾਈਮ ਬਾਅਦ ਖਾਧਾ ਤੇ ਪਸੀਨੋ ਪਸੀਨੀ ਹੋ ਗਏ ਫਿਰ ਆਪਾਂ ਹੈ ਸਲੀਮ ਹੋ ਜਾਂਦਾ ਤੇ ਲੇਕਿਨ ਟੇਸਟ ਓ ਹੋ ਚਲੋ ਜੀ ਫਿਰ ਇਸ ਹਿਸਾਬ ਨਾਲ ਤੁਹਾਨੂੰ ਹੁਣ ਨਵਾਂ ਅੱਡਾ ਮਿਲ ਗਿਆ ਵਲੌਗ ਜ਼ਰੂਰ ਦੇਖ ਲਿਓ ਤੇ ਅਸੀਂ ਤਾਂ ਫਿਰ ਪੱਕਾ ਕਰ ਦਿੰਦੇ ਹਾਂ ਰੈਸਟੋਰੈਂਟ ਖਾਣਾ ਪੀਣਾ ਉੱਥੇ ਹੀ ਹੁੰਦਾ ਹਾਂ ਦੇਤਾ ਉਹਨਾਂ ਨੇ ਕਾਰਡ ਦੇਤਾ ਤੇ ਡਿਲੀਵਰੀ ਵੀ ਅਵੇਲੇਬਲ ਆ ਕਹਿੰਦਾ ਦੁਬਈ ਦੇ ਵਿੱਚ ਸ਼ਾਰਜਾ 'ਚ ਕਿਸੇ ਆਪਾਂ ਜਿੱਥੇ ਰਹਿੰਦੇ ਉੱਥੇ ਤੱਕ ਵੀ ਪਹੁੰਚ ਜੂ ਆਰਾਮ ਨਾਲ ਔਰ ਫ੍ਰੀ ਅਗਲੀ ਵਾਰ ਨੂੰ ਹੁਣ ਇਹਨਾਂ ਦਾ ਹੈਦਰਾਬਾਦੀ ਚਿਕਨ 65 ਆਪਾਂ ਟਰਾਈ ਕਰਾਂਗੇ ਸਮਝ ਗਿਆ ਦੋਸਤੋ ਦੋਸਤੋ ਡਿਸਕਾਊਂਟ ਵਾਲੀ ਤਾਂ ਗੱਲ ਹੀ ਹੈ ਨਹੀਂ ਆਲਰੇਡੀ ਇੰਨੀ ਸਸਤੀ ਬਿਰਿਆਨੀ ਬਈ ਨੋਰਮਲੀ ਆਪਾਂ ਬਿਰਿਆਨੀ ਮਿਨੀਮਮ ਜਿੰਨੀ ਕਿ ਇੱਥੋਂ ਖਾਂਦੇ ਆ ਨਾ 18 ਦਰਾਮ ਦੀ 19 ਦਰਾਮ ਦੀ ਆਉਂਦੀ ਆ 20 ਬਾਈ ਤੱਕ ਪਹੁੰਚ ਜਾਂਦੇ ਆ ਟੇਸਟ ਉਸ ਕੁਆਸ਼ਨ ਉਹ ਵੀ ਚਿਕਨ ਆ ਮਟਨ ਦੀ ਤਾਂ ਮਹਿੰਗੀ ਆਉਂਦੀ ਇੱਥੇ ਮਟਨ ਦੀ ਤੁਹਾਨੂੰ 2 ਪੀਸ ਆਉਂਦੇ ਆ ਮਟਨ ਦੇ ਤੇ 22 ਦਰਾਮ ਤੇ 13 ਦਰਾਮ ਦੀ ਤੁਹਾਡੀ ਬਿਰਿਆਨੀ ਆ ਇੱਕ ਤੇ ਉਹੀ ਸਿੰਪਲ ਜਿਹਾ ਟੇਸਟ ਕੋਈ ਚੌਲ ਬਣਾ ਕੇ ਵਿੱਚ ਚਿਕਨ ਸੱਟ ਦਿੰਦੇ ਆ ਤਵੈਨ ਤੋਂ ਇੱਥੇ ਦਾ ਕੰਮ ਚਲੋ ਜੀ ਹੋਰ ਸੁਣਾ ਫਿਰ ਕਿੱਦਾਂ ਸੀ ਤਾਂ ਹੁਣ ਬਹੁਤ ਹੋ ਗਈਆਂ ਬਿਰਿਆਨੀ ਦੀਆਂ ਗੱਲਾਂ ਤੁਹਾਨੂੂੰ ਵਲੌਗ ਵਧੀਆ ਲੱਗਿਆ ਹੋਊ ਤਾਂ ਸਾਨੂੰ ਦੱਸ ਦਿਓ ਜ਼ਰੂਰ ਠੀਕ ਆ ਤੇ ਖਾਣ ਆ ਜਾਓ ਇੱਥੇ ਤੇ ਖਾਣ ਆ ਜਾਓ ਫਿਰ ਉੱਥੇ ਚੰਗਾ ਓਕੇ ਬਾਈ ਬਾਬਾਸ ਬਾਬਾਸ ਬਾਬਾਸ